ਜਵਾਨਾਂ ਨੂੰ ਅੱਜ ਰਜਾਣ ਲੱਗੇ ਹੋ, ਨਸ਼ੇ ਕਰਾਉਣ ਲੱਗੇ ਹੋ ਹੈ, ਜ਼ਬਰਦਸਤ ਆਹੋ ਪਲਾਈ ਜਾਏ, ਸ਼ੁਗਰ ਮੇਲਾ ਭੁੱਖ ਲੱਗੀ ਹੋਵੇ ਤੇ ਬੰਦਾ ਕੋਈ ਲੈਂਦਾ। ਅੱਛਾ ਲਿਆਂਦੀ ਜੇ ਜਲੇਬੀ ਤੇ ਨਾਲ ਪੁੱਛੋ ਮੁੰਡੇ ਨੂੰ, ਕੁੱਕੜਾਂ ਦੇ ਬਾਰੇ ਨੂੰ ਮੁੰਡੇ ਨੂੰ ਪਤਾ? ਹਾਂਜੀ ਕੁੱਕੜ ਵੀ ਰੱਖੇ ਜੇ, ਕੁੱਕੜ ਵੀ ਥੋੜ੍ਹੇ ਰੱਖੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਵਰਹਿਮਤੁਲਾਹ ਵਬਰਕਾਤੁਹ। ਉਮੀਦ ਹੈ ਜੀ ਸਾਰੇ ਠੀਕ ਠਾਕ ਹੋ ਗਏ, ਅੱਲਾਹ ਦਾ ਸ਼ੁਕਰ ਹੈ, ਮੈਂ ਵੀ ਠੀਕ ਠਾਕ, ਅੱਲਾਹ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਹੈ ਸ਼ੁਰੂ। ਅੱਛਾ ਜੀ, ਦਿਨ ਹੈ ਅੱਜ ਵੈਨਸਡੇ ਦਾ, 1 ਮਈ 2024 ਅਤੇ ਟਾਈਮ ਹੋ ਗਿਆ ਸਮਝੋ 8:30 ਦਾ, ਅਤੇ ਮਾਲ ਮੈਂ ਹੁਣ ਖੋਲ੍ਹਿਆ ਅਤੇ ਦਿਨ ਜਿਹੜਾ ਮਾਸ਼ਾਅੱਲਾ ਜਿਹੜਾ ਨਾ ਬਹੁਤ ਹੀ ਖੂਬਸੂਰਤ ਚੜ੍ਹਿਆ ਅੱਜ, ਅਤੇ ਕਣਕਾਂ ਜਿਹੜੀਆਂ ਨੇ ਨਾ ਦੇਖਿਆ ਬੰਦੇ ਜਿਹੜਾ ਨਾ ਪੂਲੀਆਂ ਕਰਦੇ ਪਏ ਨੇ, ਪਰਤਦੇ ਪਏ ਨੇ, ਕਿਉਂਕਿ ਦੂਜੀ ਸਾਈਡ ਅਲੀ ਕਣਕ ਦੀ ਗਿੱਲੀ ਬਾਰਿਸ਼ ਬਹੁਤ ਜ਼ਿਆਦਾ ਹੋਈ, ਇਹ ਵੀ ਕਣਕ ਪਈ ਹੈ ਅਤੇ ਸੁਬਾਹ ਉਮੀਦ ਹੈ ਕਿ ਇਨਸ਼ਾਅੱਲਾ ਜਿਹੜਾ ਨਾ ਮਸ਼ੀਨਾਂ ਸ਼ੁਰੂ ਹੋ ਜਾਣ ਦੀ। ਕੁੱਕੜਾਂ ਦੇ ਬਾਰੇ ਨੂੰ ਮੁੰਡੇ ਨੂੰ ਪਤਾ? ਹਾਂਜੀ ਕੁੱਕੜ ਵੀ ਰੱਖੇ ਜੇ, ਕੁੱਕੜ ਵੀ ਥੋੜ੍ਹੇ ਰੱਖੇ ਨੇ। ਕਿਤਨੇ? ਇੱਧਰ ਦੇਖ ਕੇ ਦੱਸੋ ਨਾ। 5-6 ਰੱਖੇ। ਕੀ ਕੁੱਕੜ ਸੀਲ ਨੇ ਵੱਡੇ? ਜੀ ਹਾਂ। ਕਿੰਨੇ ਕਿੰਨੇ ਦਾ ਇੱਕ ਕੁੱਕੜ ਹੈ ਜੀ ਇਸ ਟਾਈਮ? ਮਹਿੰਗੇ ਤਾਂ ਬਹੁਤ ਨੇ, 12 ਲੱਗਦਾ, ਨਾ ਵੇਚੇ ਨੇ ਤਾਂ ਨਾ ਕਦੇ। ਨਹੀਂ ਉਂਝ ਨਾਰਮਲ ਜਿਹੜੇ ਸਮਝੋ ਮਾਰਕੀਟ 'ਚ ਰੇਟ ਨੇ ਕਿ 15-10 15,000? ਜਿੰਦਾਬਾਦ ਜਿੰਦਾਬਾਦ। ਅੱਛਾ ਕੁੱਕੜ ਜਿਹੜਾ ਹੈ ਸੀਲ 15,000 ਦਾ ਇੱਕ ਵਿਕਦਾ ਪਿਆ, 20-20,000 ਦੇ ਵੀ ਜਿਹੜੇ ਕਿ ਲੜਦੇ ਨੇ। ਅੱਛਾ ਅੱਛਾ, ਤੂੰ 5-6 ਰੱਖੇ ਨੇ? 5-6 ਰੱਖੇ। ਅਤੇ ਘਰ ਬੱਚੇ ਵੀ ਕਢਾਉਣਾ? ਬੱਚੇ ਹੀ ਕਢਾਏ ਨੇ, ਘਰ ਦੇ ਹੀ। ਅੱਛਾ ਘਰ ਦੇ ਹੀ ਨੇ ਸਾਰੇ। ਅਤੇ ਸਕੂਲ ਕਿਤਵੀਂ ਤਾਈਂ ਗਏ ਹੋ? ਸਕੂਲ 9ਵੀਂ ਤੱਕ ਪੜ੍ਹਿਆ। ਅੱਛਾ 9ਵੀਂ ਫੇਲ ਹੋ ਗਿਆ, ਛੱਡ ਦਿੱਤਾ। ਛੱਡ ਦਿੱਤਾ? 8ਵੀਂ ਪੜ੍ਹੀ। ਦਸ ਤਾਂ ਮੈਟ੍ਰਿਕ ਤਾਂ ਕਰ ਲੈਣੀ ਸੀ। ਮੈਟ੍ਰਿਕ ਕੀ ਕਰਨੀ ਸੀ? ਔਖਾ ਕੰਮ, ਔਖਾ ਬਹੁਤ ਕਹਿੰਦਾ, ਔਖਾ ਬਹੁਤ। 9ਵੀਂ ਤਾਈਂ ਪਹੁੰਚ ਗਿਆ ਨਾ, ਤੇ ਇੱਕ ਕਲਾਸ ਰਹਿ ਗਈ, ਹੋ ਹੀ ਜਾਣੀ। ਦਿਲ ਨਹੀਂ ਕੀਤਾ? ਇੰਗਲਿਸ਼ ਮੀਡੀਅਮ ਆ। ਕਿੱਥੇ? ਇੰਗਲਿਸ਼ ਮੀਡੀਅਮ ਆ ਜਿਸ ਸਕੂਲ ਆਸਾਂ। ਉੱਥੇ ਪੜ੍ਹਿਆ ਸ਼ੁਰੂ ਤੋਂ? ਸ਼ੁਰੂ 5 ਛੱਪੜੇ ਵਾਲਾ ਸਕੂਲ। ਉੱਥੇ ਫਿਰ 6 ਉੱਥੇ ਗਿਆ ਨਾ, ਫਿਰ ਦੂਜੀ ਜਵਾਬ ਪੜ੍ਹਿਆ ਦੀ ਸਕੂਲ ਆਫ ਸਾਇੰਸ ਵਾਲਿਆਂ। ਅੱਛਾ ਅੱਛਾ, ਫਿਰ ਉੱਥੇ 9ਵੀਂ ਤੱਕ ਗਿਆ? 9 ਤੱਕ ਗਿਆ, ਉੱਥੋਂ ਫਿਰ ਅੱਗੂ ਨਹੀਂ ਜਾਣਾ। ਜਿਹਲੇ ਸਮਝੋ ਫੇਲ ਹੋਇਆ 9ਵੀਂ ਚੋਂ, ਫਿਰ ਨਹੀਂ ਦਿਲ ਕੀਤਾ। ਹੁਣ ਸਮਝੋ ਮੋਬਾਈਲ ਦਾ ਹੀ ਕੰਮ ਚੱਲੇ ਦਾ ਹੈ ਉਂਝ ਵੈਸੇ। ਅੱਛਾ ਜੀ, ਮਸ਼ੀਨਾਂ ਜਿਹੜਾ ਨਾ ਚੱਲ ਗਈਆਂ ਨਾ, ਇਹ ਦੇਖਿਆ ਮਸ਼ੀਨ ਜਿਹੜੀ ਹੈ ਨਾ ਥ੍ਰੈਸ਼ਰ ਹੁਣ ਲਾਈ ਨੇ, ਵਾਹ ਅੱਗੇ ਤਾਂ ਉਰਾਂ ਦੀ ਇਹੀ ਤਾਂ ਹੁਣ ਇੱਧਰ ਫਿਰਦੀ ਪਈ ਹੈ ਦੱਖਣ ਵੱਲ। ਧੁੱਪ ਕੱਲ੍ਹ ਦੀ ਲੱਗੀ ਅਤੇ ਅੱਜ ਵੀ ਚੰਗੀ ਚੜ੍ਹੀ, ਮਗਰ ਕਤਰਾਈ ਜਿਹੜੀ ਉਹ ਸ਼ੁਰੂ ਹੋ ਗਈ ਅੱਜ ਦੋ 'ਚ। ਅਸਲਾਮ ਵਾਲੇਕੁਮ ਜੀ, ਨੈੱਟ ਦੇ ਹੁਣ ਦੌਰ ਤਾਂ ਹੋਇਆ ਨੈੱਟ ਦਾ, ਪਤਾ ਲੱਗੇ ਨਵਾਂ ਮਾਲ ਜਿਹੜਾ ਨਾ ਨੈੱਟ 'ਤੇ ਚੜ੍ਹਿਆ। ਸੁਣਾਓ ਕੀ ਹਾਲ ਹੈ? ਠੀਕ ਹੋ? ਕਿੱਥੋਂ ਡੋਗ ਗਿਆ ਤੂੰ? ਸੁਣਾਓ ਕੀ ਹਾਲ ਹੈ? ਠੀਕ ਹੋ? ਕਿਹੜੀ ਬਰਾਦਰੀ? ਕੋਲੀ ਹੈ। ਅੱਛਾ ਅੱਛਾ, ਅਤੇ ਉਹ ਮਾਲ ਜਿਹੜਾ? ਅੱਛਾ ਮਰਾੜੀਆਂ ਦਾ। ਮਰਾੜੀਆਂ ਦਾ ਤਾਂ ਉੱਥੇ ਵਾੜੇ 'ਚ ਜਾਂਦਾ ਅੱਗੇ ਤੇ। ਅੱਛਾ ਅੱਛਾ, ਐਤਕੀ ਕਣਕਾਂ ਲੇਟ ਕੰਮ ਹੈ, ਐਤਕੀ ਕਣਕਾਂ ਦਾ ਲੇਟ ਹੈ ਨਾ ਕੰਮ। ਅੱਛਾ ਅੱਛਾ, ਮਾਸ਼ਾਅੱਲਾ ਜੀ, ਮਾਲ ਜਿਹੜਾ ਨਾ ਡੋਗਾ ਪਿੰਡ ਡੋਗਾ ਸ਼ਰੀਫ ਉੱਥੇ ਦਾ ਮਾਲ ਹੈ। ਅੱਛਾ, ਤੁਹਾਡੀਆਂ ਨੇ ਸਾਰੀਆਂ ਜਿਹੜੀਆਂ ਇੱਧਰ ਨੇ, ਇਹ ਤੁਹਾਡੀਆਂ ਨੇ ਹੈ ਅਤੇ ਉਹ ਉੱਪਰ ਸਾਰਾ ਮਰਾੜੀਆਂ ਦਾ?
ਤੁਸੀਂ ਮਰੇ ਪੱਠਾ ਰਾਜ ਗੱਡੇ ਆ ਹੁਣ ਜਵਾਰ ਵੀ ਗੱਡੀ ਜੇ ਅੱਛਾ ਜੇਠ ਜੀ ਤੇ ਉਹ ਹੱਥ ਲਾਉਣ ਵਾਲੀਆਂ ਹੋ ਜਾਣੀਆਂ ਤੇ ਝੋਟਾ ਹੈ ਕੀ ਕਹਿੰਦੇ ਕੁਰਬਾਨੀ ਤੇ ਦੇ ਸੜਨਾ ਅੱਛਾ ਵੇਚ ਸੜਨਾ ਆਪੂ ਅੱਛਾ ਅੱਛਾ ਮੈਂ ਕਿਹਾ ਵੇਚਣਾ ਫਿਰ ਉਹ ਰੱਖੋ ਤੇ ਉਹ ਜਿਹੜਾ ਬੁੱਸਾ ਬਾਅਦ ਜੀ ਅੱਛਾ ਅੱਛਾ ਉਹ ਬੀਜ ਹੋਰ ਜਿਹੜਾ ਮੱਝਾਂ ਵਾਸਤੇ ਹੈ ਅੱਛਾ ਉਸ ਮਾਲ ਜੀ ਉਹ ਜਿਹੜਾ ਹੈ ਅੱਛਾ ਇਹ ਸਾਰੇ ਘਰ ਦੇ ਹੀ ਨੇ ਛੋਟੇ ਆ ਦੋਵੇ ਇਹਦੇ ਉਹਦੇ ਸਿੰਘ ਚੰਗੇ ਨੇ ਇਹਦੇ ਸਿੰਘ ਜਿਹੜੇ ਨੇ ਥੋੜ੍ਹੇ ਅਟ ਗਏ ਨੇ ਘਰ ਦੀਆਂ ਨੇ ਮੱਝਾਂ ਵੀ ਸਾਰੀਆਂ ਮਾਸ਼ਾਅੱਲਾ ਜੀ ਦੇਖੋ ਹਜੇ ਖੂਬਸੂਰਤ ਮੱਝਾਂ ਵਿਲੇਜ ਡੋਗਾ ਸ਼ਰੀਫ ਉਹ ਝੋਟੀ ਸੋਹਣ ਵਾਲੀ ਪਹਿਲਣ ਹੈ ਆਪਣਾ ਨਾਂ ਕੀ ਹੈ ਸ਼ਬਾਜ਼ ਅਹਿਮਦ ਤੇ ਗੁਲਾਮ ਹੁਸੈਨ ਹੈ ਜ਼ਬਰਦਸਤ ਹੋ ਗਿਆ ਘਰ ਵੀ ਹੈ ਨੇ ਕੋਈ ਮੱਝਾਂ ਕੋਣੀ ਇਹ ਹੀ ਮਾਲ ਹੈ ਗਾਵਾਂ ਹੈ ਨੇ ਅੱਛਾ ਮਾਸ਼ਾਅੱਲਾ ਜੀ ਇਹ ਵੀ ਜਿਹੜਾ ਨਾ ਡੋਗਿਆਂ ਦਾ ਮਾਲ ਹੈ ਦੇਖਿਆ ਵਿੱਚ ਰੱਤੀਆਂ ਮੱਝਾਂ ਬਾਲੀਆਂ ਨੇ ਰੱਤੀਆਂ ਛੋਟੀਆਂ ਅਸਲਾਮ ਵਾਲੇਕੁਮ ਜੀ ਸੁਣਾਓ ਕੇ ਰੂਲੇ ਨੇ ਇਹ ਮਾਲ ਕਿਹੜੇ ਵਾਲਦਾ ਅੱਛਾ ਮਰਾੜੀਆਂ ਦਾ ਮਰਾੜੀਆਂ ਦਾ ਤਾਂ ਮਾਲ ਹੋਰ ਜ਼ਿਆਦਾ ਨਹੀਂ ਹੈ ਇੱਕੋ ਘਰ ਦਾ ਅੱਛਾ ਅੱਗੇ ਤਾਂ ਚੋਖਾ ਨਹੀਂ ਮਾਲ ਹੁੰਦਾ ਹੈ ਵੀ ਘੱਟ ਹੋ ਗਿਆ ਤੁਹਾਡੇ ਪਿੰਡ ਰੱਤਾ ਬੜਾ ਮਾਲ ਹੈ ਰੱਤਾ ਹੁਣ ਵੀ ਰੱਤਾ ਹੀ ਹੈ ਅੱਛਾ 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 ਆਹੋ ਰੱਤਾ ਮਾਲੀ ਤੁਹਾਡਾ ਬੜਾ ਪੁਰਾਣਾ ਰਿਹਾ ਹੈ ਅੱਛਾ ਐਤਕੀ ਵੀ ਰੱਤਾ ਹੀ ਹੈ ਅਤੇ ਇਹ ਜਿਹੜਾ ਕੁਰਬਾਨੀ ਦੇ ਦੇਣਾ ਜੀ ਕਿ ਉਂਝ ਅੱਛਾ ਮੱਝਾਂ ਵਾਸਤੇ ਹੈ ਪਿੰਡ ਦਾ ਜਿਹੜਾ ਉਹ ਵੀ ਰੱਤਾ ਹੈ ਅੱਛਾ ਆਪਣਾ ਮਾਸ਼ਾਅੱਲਾ ਜੀ ਖੂਬਸੂਰਤ ਜਿਹੜਾ ਨਾ ਵਿੱਚ ਰੱਤੀਆਂ ਮੱਝਾਂ ਨੇ ਦੇਖਿਆ ਕਿਉਂਕਿ ਝੋਟਾ ਉਹਨਾਂ ਵਿੱਚ ਰੱਖੇ ਆ ਰੱਤਾ ਹੀ ਇਹ ਲੇਲਾ ਦੇਣ ਵਾਸਤੇ ਰੱਖਿਆ ਕਿ ਕੁਰਬਾਨੀ ਵਾਸਤੇ ਆਪੂ ਦੇਣੇ ਨੇ ਅੱਛਾ ਅੱਛਾ ਘਰ ਦੇਣੇ ਆ ਤੇ ਇਕੱਲਾ ਹੀ ਜਾਣਾ ਤੇ ਨਾਲ ਬੱਕਰੀਆਂ ਵੀ ਤੇ ਮੱਝਾਂ ਵੀ ਇਹ ਆ ਜਵਾਨਾ ਐਤਕੀ ਬਾਰਿਸ਼ ਦੀ ਵਜ੍ਹਾ ਮੇਰੇ ਖਿਆਲ 'ਚ ਕਣਕਾਂ ਜਿਹੜੀਆਂ ਲੇਟ ਹੋਈਆਂ ਨੇ ਨਾ ਤੁਹਾਡਾ ਏਰੀਆ ਸਾਰਾ ਖੁੱਲ੍ਹਾ ਹੋ ਜਾਂਦਾ
ਅੱਛਾ ਜੀ ਚਾਚੂ ਸ਼ਬਾਦ ਅੱਗੇ ਤੁਹਾਨੂੰ ਵੀਡੀਓ ਬਣਾਈ ਦੱਸਿਆ ਮਾਲ ਲੈ ਕੇ ਜਿਹੜਾ ਨੇ ਡੋਗਿਆਂ ਤੋਂ ਆਏ ਨੇ ਅਤੇ ਹੁਣ ਗਏ ਇਹ ਇੱਥੇ ਅੱਡਾ ਸਾਡੇ ਸ਼ੇਰਗੜ੍ਹ ਸਰਾਂ ਵਾਲਾ ਅਤੇ ਉੱਥੋਂ ਹਰ ਚੀਜ਼ ਤੁਹਾਨੂੰ ਪਤਾ ਅਵੇਲੇਬਲ ਹੈ ਅਤੇ ਛੇੜੂਆਂ ਜੇ ਲੈ ਕੇ ਆਏ ਨੇ ਕੋਈ ਸਮਾਨ ਕਿਹ ਲਿਆਂਦਾ ਚਾਚੂ ਜੀ ਮਾਸ਼ਾਅੱਲਾ ਜੀ ਮਾਸ਼ਾ ਸਾਹਮਣੇ ਕਰੋ ਬਸ ਮਿਹਰਬਾਨੀ ਥੈਂਕ ਯੂ ਤੁਹਾਡੇ ਪਿਆਰ ਦਾ ਅਤੇ ਜਵਾਨਾਂ ਨੂੰ ਅੱਜ ਰਜਾਣ ਲੱਗੇ ਹੋ ਨਸ਼ੇ ਕਰਾਉਣ ਲੱਗੇ ਹੋ ਹੈ ਜ਼ਬਰਦਸਤ ਆਹੋ ਪਲਾਈ ਜਾ ਸ਼ੁਗਰ ਮੇਲਾ ਭੁੱਖ ਲੱਗੀ ਹੋਵੇ ਤੇ ਬੰਦਾ ਕੋਈ ਲੈਂਦਾ ਅੱਛਾ ਲਿਆਂਦੀ ਜੇ ਜਲੇਬੀ ਤੇ ਨਾਲ ਪੈਪਸੀ ਜ਼ਿੰਦਾਬਾਦ ਜੀ ਮਾਲ ਉਹ ਟੁਰ ਗਿਆ ਨੇ ਦਿਓ ਨੇ ਜਾ ਕੇ ਜਿਹੜਾ ਨਾ ਇੱਕ ਵਾਰੀ ਪੇਟ ਪੂਜਾ ਕਰਨ ਜ਼ਬਰਦਸਤ ਅੱਛਾ ਜੀ ਇਹ ਦੇਖ ਸਕਦੇ ਹੋ ਜਿਹੜਾ ਨਾ ਇਹ ਡੋਰ ਮੇਰੇ ਹੱਥ 'ਚ ਅਤੇ ਮੈਂ ਉਧਰੋਂ ਪਿਆਉਂਦਾ ਹਾਂ ਅਤੇ ਲੱਤ ਨੂੰ ਜਿਹੜਾ ਨਾ ਇੱਕਦਮ ਪਈ ਮੇਰੀ ਇਹ ਡੋਰ ਜਿਹੜੀ ਬਹੁਤ ਹੀ ਸਖਤ ਹੈ ਅਤੇ ਮੈਂ ਹੈ ਪਤਾ ਨਹੀਂ ਕਿ ਰੱਸੀ ਜੀ ਜਾਂ ਦੇਖਿਆ ਤਾਂ ਜਿਹੜੇ ਦਿਨ ਗੁੱਡੀਆਂ ਡਾਂਦੇ ਨੇ ਉਹ ਡੋਰ ਹੈ ਉਹੀ ਗੱਲ ਹੋਈ ਵਾ ਅਸੀਂ ਚਾਰ ਦਿਹਾੜੇ ਯਾਦ ਰੱਖਣੇ ਫਿਰ ਅੱਗੋਂ ਭੁੱਲ ਜਾਂਦੇ ਹਾਂ ਅਸੀਂ ਅਗਲੇ ਦਿਹਾੜੇ ਹਾਦਸਾ ਹੋਇਆ ਉਹ ਜਿਹੜੀ ਫੈਸਲਾਬਾਦ ਡੋਰ ਫਿੜੀ ਮੁੰਡੇ ਦੇ ਗਲ 'ਚ ਪੈ ਗਈ ਮੋਟਰਸਾਈਕਲ 'ਤੇ ਅਤੇ ਫਿਰ ਅਲੀ ਜਿਹੜਾ ਨਾ ਵਾਮ ਨਹੀਂ ਪਿਆਂਦੀ ਦੇਖਿਆ ਡੋਰ ਕਾਫੀ ਲੰਮੀ ਹੈ ਮੈਂ ਛਿਕਣਾ ਪਿਆ ਫਿਰ ਉਹ ਟੁੱਟ ਗਿਆ ਜੀ ਅਤੇ ਬਹੁਤ ਹੀ ਸਖਤ ਹੈ ਲੱਤ ਮੇਰੀ ਨੂੰ ਪਈ ਅਤੇ ਮਹਿਸੂਸ ਹੋਇਆ ਇੱਕਦਮ ਜਿਹੜਾ ਨਾ ਜਿਸ ਤਰ੍ਹਾਂ ਚੀਜ਼ ਫਿਰਦੀ ਇਹ ਦੇਖਿਆ ਅੱਛਾ ਜੀ ਦੇਖਿਆ ਕਿੱਡਾ ਗੁੱਛਾ ਬਣਿਆ ਹੈ ਸਾਰੀ ਮੈਂ ਇਕੱਠੀ ਕੀਤੀ ਛਿੱਕ ਗਏ ਅਤੇ ਢੇਰ ਸਾਰੀ ਜਿਹੜਾ ਨਾ ਲੰਮੀ ਹੈ ਉਹਨਾਂ ਨੂੰ ਕਿਤੇ ਲਾਉਂਦੇ ਹਾਂ ਕਿਸੇ ਪਾਸੇ ਬਹੁਤ ਹੀ ਸਖਤ ਹੈ ਅੱਛਾ ਜੀ ਮਸ਼ੀਨਾਂ ਜਿਹੜੀਆਂ ਨੇ ਥਰੈਸ਼ਰਾਂ ਅੱਜ ਸੁਬਹਾ ਦੀਆਂ ਵੀ ਚੱਲਦੀਆਂ ਨੇ ਕਤਰਾਈ ਦਾ ਕੰਮ ਸ਼ੁਰੂ ਹੋ ਗਿਆ ਅਲਹਮਦੁਲਿਲਾ ਕਿਉਂਕਿ ਧੁੱਪ ਕੱਲ੍ਹ ਵੀ ਲੱਗੀ ਅਤੇ ਅੱਜ ਵੀ ਚੰਗੀ ਇੱਕ ਮਸ਼ੀਨ ਇਹ ਲੱਗੀ ਇਹ ਸਾਡੇ ਨਾਲ ਵਿਲੇਜ ਡੋਗਾ ਸ਼ਰੀਫ ਇਹ ਦੇਖਿਆ ਇੱਕ ਇਹ ਮਸ਼ੀਨ ਲੱਗੀ ਇੱਕ ਸਵੇਰੇ ਤੁਹਾਨੂੰ ਉੱਧਰ ਦਿਖਾਈ ਅਤੇ ਕਣਕ ਜਿਹੜੀ ਹੈ ਨਾ ਵੱਡੀ ਉਹ ਕਤਰੀਂਦੀ ਪੀ ਵਡੀਂਦੀ ਤਾਂ ਅੱਜ ਕੋਈ ਪੀ ਹੈ ਸਾਰੇ ਏਰੀਏ 'ਚ ਜਿਹੜਾ ਨਾ ਮੈਂ ਦੇਖ ਸਕਦਾ ਇੱਧਰ ਕੋਈ ਬੰਦਾ ਨਹੀਂ ਨਾ ਪੜੋਲਾ ਅਤੇ ਨਾ ਕੋਈ ਬੰਦਾ ਪਿਆ ਵੱਢਦਾ ਨਾ ਉੱਧਰ ਲੈਂਦੇ ਸਾਈਡ ਦੇ ਕਿਰੇ ਕੋਲ ਅਤੇ ਕੁਤਰਨ ਜਿਹੜਾ ਨਾ ਉਹ ਸਾਰੇ ਪਾਸੇ ਜਿੱਥੇ ਜਿੱਥੇ ਵੱਢੀ ਹੈ ਉਹ ਕਤਰੀਂਦੀਆਂ ਪਈਆਂ ਨੇ ਜ਼ਿਆਦਾਤਰ ਇਹ ਦੇਖਿਆ ਲੱਗੀ ਮਸ਼ੀਨ ਇੱਕ ਬਾਰ ਮਦੀਨੇ ਮੇ ਹੋ ਜਾਏ ਮੇਰਾ ਜਾਣਾ ਇੱਕ ਬਾਰ ਮਦੀਨੇ ਮੇ ਹੋ ਜਾਏ ਮੇਰਾ ਜਾਣਾ ਫਿਰ ਔਰ ਨਾ ਕੁਛ ਮੰਗੇ ਫਿਰ ਔਰ ਨਾ ਕੁਛ ਮੰਗੇ ਸਰਕਾਰ ਕਾ ਦੀਵਾਨਾ ਇੱਕ ਬਾਰ ਮਦੀਨੇ ਮੇ ਹੋ ਜਾਏ ਮੇਰਾ ਜਾਣਾ ਪਲ ਪਲ ਮੇਰਾ ਦਿਲ ਤੜਪੇ ਦਿਨ ਰਾਤ ਕਰੇ ਜ਼ਾਰੀ ਕਬ ਆਉਂ ਮਦੀਨੇ ਮੇ ਕਬ ਆਏ ਮੇਰੀ ਬਾਰੀ ਇੱਕ ਬਾਰ ਮਦੀਨੇ ਮੇ ਹੋ ਜਾਏ ਮੇਰਾ ਜਾਣਾ
ਕਬ ਜਾ ਕੇ ਮੈਂ ਦੇਖੂੰਗਾ ਦਰਬਾਰ ਵੋ ਸ਼ਹਾਨਾ ਇੱਕ ਬਾਰ ਮਦੀਨੇ ਮੇਂ ਹੋ ਜਾਏ ਮੇਰਾ ਜਾਣਾ।